अमृतसर मुख्य अफसर थाना सुल्तान विंड अते ASI अश्विनी कुमार इंचार्ज चौकी कोट मित सिंह नूं उस वेले वड्डी सफलता हासिल होई जदों मिति 31/7/2021 नूं शहर दे एक व्यापारी जतिंदर सिंह पुत्र लाल सिंह वासी मकान नंबर 983 गली नंबर 4 ददमेश नगर तरन तारण रोड अमृतसर पासों घर दे बाहरों 6 नौजवान लड़कियां वल्लों पिस्टल दी नोक ते एक्टिवा विच रखे 4,50,000 रुपए खोह करके फरार हो गए सन। उन्हां दोषियों विचों 2 दोषी गिरफ्तार कर लए गए हन अते उन्हां पासों 42,000 रुपए अते एक्टिवा बरामद कीती अते 2 दोषियों नूं गिरफ्तार कीता अते अदालत विच पेश करके इन्हां दा पुलिस रिमांड हासिल किया जा रहा है जो इन्हां दी पुछगिछ दे आधार ते दूसरे दोषियों जल्द तो जल्द गिरफ्तार करके पैसे बरामद किए जाने की कोशिश की जा रही है। तफ्तीश जारी है। पत्रकार सोनू खानकोट के नाल सवाई मान की रिपोर्ट। ਤਰੀਕ ਨੂੰ ਸ਼ਾਮ ਨੂੰ ਇੱਕ ਜਤਿੰਦਰ ਸਿੰਘ ਨਾਂ ਦਾ ਵਪਾਰੀ ਸੀ ਜਿਹਦੀ ਅੱਗੇ ਢਾਹ ਬਸਤੀ ਰਾਮ ਦੇ ਵਿੱਚ ਅੰਦਰ ਉਹਦੀ ਸ਼ੋਪ ਆ ਹੋਲਸੇਲ ਦੀ। ਉਹ ਸ਼ਾਮ ਨੂੰ ਰੂਟੀਨ ਦੀ ਤਰ੍ਹਾਂ ਬੰਦ ਕਰਕੇ ਆਪਣੇ ਘਰ ਜਾ ਰਿਹਾ। ਤਰਨ ਤਾਰਨ ਰੋਡ 'ਤੇ ਉਹਦਾ ਘਰ ਆ। ਘਰ ਦੇ ਜੇ ਵੇਲੇ ਘਰ ਦੇ ਲਾਗੇ ਪਹੁੰਚ ਗਿਆ, ਗੇਟ 'ਤੇ ਐਂਟਰ ਕਰਨ ਲੱਗਾ, ਗੇਟ 'ਤੇ ਖੜ੍ਹਾ ਵਾ ਅਤੇ ਪਿੱਛੋਂ ਜਿਹੜੇ ਮੋਟਰਸਾਈਕਲ 'ਤੇ ਆਏ, ਮੋਟਰਸਾਈਕਲ 'ਤੇ ਐਕਟਿਵਾ 'ਤੇ ਟੋਟਲ 6 ਜਣੇ ਸੀ, 2 ਪਿੱਛੇ ਖੜ੍ਹੇ, 4 ਅੱਗੇ। ਇਹਨਾਂ ਨੂੰ ਰੋਕ ਕੇ ਅਤੇ ਉਹਨੂੰ ਡਰਾ ਕੇ ਪਿਸਤੌਲ ਦੀ ਨੋਕ 'ਤੇ ਰੁਕੋ, ਕਰੀਬ 4.5 ਲੱਖ ਰੁਪਈਆ ਜਿਹੜਾ ਉਹਦੇ ਐਕਟਿਵਾ ਦੇ ਵਿੱਚ ਹੀ ਉਹ ਖੋ ਕੇ ਲੈ ਗਏ। ਉਹਦੇ ਫਿਰ ਨਾਲ ਦਰਾਨੇ ਜਿਹੜਾ ਕੇਸ ਰਜਿਸਟਰ ਕਰਕੇ FIR ਨੰਬਰ 91 ਅਤੇ ਦਰਾਨੇ ਤਫਤੀਸ਼ ਜਿਹੜੇ ਉਹਦੇ ਵਿੱਚ 2 ਦੋਸ਼ੀ ਫੜੇ ਕੇ ਫੜ ਲਿਆ। ਇੱਕ ਹੈਗਾ ਰਜੇਸ਼ ਕੁਮਾਰ, ਇੱਕ ਹੈਗਾ ਸੰਦੀਪ ਕੁਮਾਰ। ਇਹ ਦੋਨੋਂ ਫਤਿਹ ਸਿੰਘ ਕਲੋਨੀ ਦੇ ਰਹਿਣ ਵਾਲੇ। ਇਹਨਾਂ ਕੋਲੋਂ ਇੱਕ ਜਿਹੜੀ ਐਕਟਿਵਾ ਇਹਨਾਂ 'ਤੇ ਉਸ ਟਾਈਮ ਵਰਤੀ ਸੀ ਜਿਹੜੀ ਜਿੱਤੇ ਆਏ ਸੀ ਉਹ ਬਰਾਮਦ ਕੀਤੀ ਆ ਅਤੇ 42,000 ਰੁਪਈਆ ਜਿਹੜਾ ਉਹ ਰਿਕਵਰ ਕੀਤਾ, ਜਿਹੜਾ ਇਹਨਾਂ ਉਹ ਕੀਤੀ ਉਹਦੇ ਵਿੱਚੋਂ 42,000 ਰਿਕਵਰ ਕੀਤੀ। ਬਾਕੀ ਜਿਹੜੇ ਦੋਸ਼ੀ ਰਹਿੰਦੇ 4 ਉਹਨਾਂ ਨੂੰ ਟਰੇਸ ਕਰ ਲਿਆ, ਜਲਦੀ ਉਹ ਫੜ ਕੇ ਜਿਹੜੇ ਆ ਉਹਨਾਂ ਕੋਲ ਬਾਕੀ ਰਿਕਵਰੀ ਕਰਾਂ। ਸਰ ਇਹਨੂੰ ਕਿੱਦਾਂ ਪਤਾ ਸੀ ਉਹਦੇ ਕੋਲ ਪੈਸੇ ਹੈਗੇ ਸੀ? ਇਹ ਇਨਵੈਸਟੀਗੇਸ਼ਨ ਕਰਦੇ ਆ। ਇਹਨਾਂ ਦੇ ਵਿੱਚੋਂ ਇੱਕ ਲੜਕਾ ਕਿਤੇ ਪਹਿਲਾਂ ਉਹਨਾਂ ਦੇ ਸ਼ੋਪ 'ਤੇ ਲੱਗਾ ਸੀ, ਅੱਜ ਤੋਂ ਸਾਲ ਪਹਿਲਾਂ ਕਰਦਾ ਸੀ ਕੰਮ। ਉਹਦਾ ਨਾਂ ਹੈ ਗੌਤਮ, ਉਹ ਫੜਦਾ, ਉਹ ਪਹਿਲਾਂ ਲੱਗਾ ਸੀ ਸ਼ੋਪ 'ਤੇ ਕੰਮ ਕਰਦਾ। ਨਹੀਂ ਉਹ ਅਜੇ ਨਹੀਂ ਫੜਿਆ ਗਿਆ, ਕਿਉਂਕਿ ਬੰਦੇ 4 ਵਜੇ ਫੜਨ ਵਾਲੇ ਆ, ਉਹ ਫੜਾਂਗੇ ਵੀ ਅਸੀਂ ਟਰੇਸ ਕਰ ਲਿਆ, ਜਲਦੀ ਉਹ ਫੜ ਲਾਂਗੇ। ਸਰ ਇਹ 6 ਜਣੇ ਸੀ ਟੋਟਲ? ਹਾਂ ਟੋਟਲ 6 ਜਣੇ, 6 ਜਣੇ ਦੇ ਵਾਸਤੇ। ਨਹੀਂ ਤਕਰੀਬਨ ਸਾਰੇ ਮਾਸਟਰ ਮਾਈਂਡ ਸੀ ਜਿਹੜੇ। ਗੌਤਮ ਜੇ ਆ ਵੀ ਪਹਿਲਾਂ ਉੱਥੇ ਸਾਲ ਕੁ ਪਹਿਲਾਂ ਜਿਹੜਾ ਕੰਮ ਕਰਦਾ ਸੀ, ਇਹ ਸਾਰੇ ਇਕੱਠੇ ਸਨ ਤਕਰੀਬਨ ਜਿਹੜੇ ਸਾਰੇ ਫਰੈਂਡ ਆਪਸ। ਨਹੀਂ ਉਹ ਗੌਤਮ ਵਿੱਚ ਹੀ ਆ, 6 ਦੇ ਵਿੱਚ ਹੀ ਆ। ਇਹ ਤਕਰੀਬਨ ਜਿਹੜੇ ਆ ਫਤਿਹ ਸਿੰਘ ਕਲੋਨੀ ਦੇ ਹੀ ਆ 3-4। ਦੋਵਾਂ ਦਾ ਐਡਰੈਸ ਅਜੇ ਸਾਨੂੰ ਟਰੇਸ ਨਹੀਂ ਹੋਇਆ। ਉਹ ਇਹਨਾਂ ਦਾ ਰਿਕਾਰਡ ਦੇਖ ਰਹੇ ਆ, ਜਿਹੜੇ ਦੂਜੇ ਬੰਦੇ ਮੁੰਡੇ ਉਹਨਾਂ ਦੇ ਹੈਗੇ ਆ ਅਤੇ ਚੈੱਕ ਕਰ। ਇਹ ਤੁਹਾਡੇ ਸਾਹਮਣੇ ਆ 22 ਸਾਲ।